हेलो एवरीवन इस वीडियो च अपन नयास पेपर जो के 12 नवंबर 2021 विच होने जा रहा है जो नयास द टेस्ट है वो इंडिया वाइज हर स्टेट विच होना है उस तो बादे पंजाब दे विच भी होना है एहे किडी किडी क्लासेस ਲਈ होना है इस वीडियो च मैं ओ दसुंगी ते इस दा पैटर्न की होवा केड़े किड़े सब्जेक्ट आणे है कितने क्वेश्चन आणे है ते किन्ना टाइम होवेगा ए सारीया डिटेल्स इस वीडियो च दीतीया जानी आ ਤਾਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਕਿਉਂਕਿ ਇਸ ਵੀਡੀਓ ਦੇ ਐਂਡ ਤੱਕ ਤੁਹਾਨੂੰ ਕੁਐਸਚਨਸ ਜੋ ਲਾਸਟ ਇਅਰ ਦੇ ਆ ਉਹ ਵੀ ਮਿਲਣਗੇ ਇਸ ਚ ਪੀਪਲ ਕੁਐਸਚਨ ਇਅਰ ਸਕੂਲ ਕੁਐਸਚਨ ਇਅਰ ਤੇ ਟੀਚਰ ਕੁਐਸਚਨ ਇਅਰ ਤਿੰਨ ਟਾਈਪ ਦੇ ਤੁਹਾਨੂੰ ਮੈਂ ਕੁਐਸਚਨ ਇਅਰ ਲਾਸਟ ਵੀਡੀਓ ਦੇ ਸ਼ੋ ਕਰੂੰਗੀ ਉਸ ਤੋਂ ਇਲਾਵਾ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੁਹਾਨੂੰ ਜੋ ਹੈ OMR ਭਰਨ ਦਾ ਤਰੀਕਾ ਵੀ ਦੱਸਿਆ ਜਾਵੇਗਾ। ਤਾਂ ਡਿਸਕ੍ਰਿਪਸ਼ਨ ਬਾਕਸ ਵਿੱਚ ਤੁਸੀਂ ਉਸ ਵੀਡੀਓ ਦੇ ਕਲਿੱਕ ਕਰਕੇ ਤੁਸੀਂ OMR ਭਰਨ ਦਾ ਤਰੀਕਾ ਵੀ ਸਿੱਖ ਸਕਦੇ ਹੋ। ਤਾਂ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਲਾਈਕ ਐਂਡ ਸ਼ੇਅਰ ਪਲੀਜ਼ ਜ਼ਰੂਰ ਕਰੋ ਤਾਂ ਕਿ ਮੈਨੂੰ ਇਨਕਰੇਜਮੈਂਟ ਮਿਲੇ ਹੋਰ ਵੀਡੀਓਜ਼ ਬਣਾਉਣ ਲਈ। ਇਹ ਜੋ ਟੈਸਟ ਹੈ ਕਲਾਸਸ 3 5 8 10th ਲਈ ਹੋਣਾ। ਤੇ 3rd ਤੇ 5th ਲਈ ਇਹ ઓਰਲ ਟੈਸਟ ਹੈ ਨੈਕਸਟ 8th ਤੇ 10th ਲਈ ਇਹ ਰਿਟਨ ਟੈਸਟ ਹੈ एमसीक्यू ਦੀ ਫਾਰਮ ਚ ਆਊਗਾ ਨੈਜ਼ਾ ਟੈਸਟ ਹੈ 12 ਤਰੀਕ ਨੂੰ ਹੋਣਾ ਹੈ 12 ਨਵੰਬਰ ਨੂੰ ਇਹ ਸਾਰੇ ਸਟੇਟ ਤੇ ਸੈਂਟਰ ਦੇ ਸਕੂਲ ਦੇ ਵਿੱਚ ਹੋਣਾ ਹੈ ਕਿਹੜੇ ਕਿਹੜੇ ਸਕੂਲ ਦੇ ਵਿੱਚ ਹੋਣਾ ਹੈ ਸਾਰੇ ਨਵੋਦਿਆ ਵਿਦਿਆਲਿਆ ਐਡਿਟ ਸਕੂਲ ਪ੍ਰਾਈਵੇਟ ਸਕੂਲਸ ਐਂਡ ਗਵਰਨਮੈਂਟ ਸਕੂਲਸ ਦੇ ਵਿੱਚ ਹੋਣਾ ਹੈ इस तो इलावा क्लासेस थर्ड फिफ्थ एट टेंथ लिए होना है नंबर ऑफ क्वेश्चन हैगे थर्ड क्लास लिय फोर्टी सैवन फिफ्थ फिफ्टी थ्री एट सिक्सटी टेंथ लिए सैवनटी टाइम वार्स की है थर्ड त फिफ्थ लिय नाइनटी मिनट्स एटथ एंड टेंथ वन ट्वेंटी मिनट्स पहला भी मैं थोन दस थर्ड तो फिफ्थ लिए होना वो oral test hona hai in form of interview 8th and 10th liye pen paper test hai but mcq form ch hona number of questions mein thonu already daste hai te omr sheets de vich paraya jana hai 8th te 10th da is ch three types de questions question years honge ik ta people question year ek teacher question year ek school question year people ਕਵੈਸਚਨ ਇਅਰ ਜਿਹੜਾ ਹੈ ਉਹ ਸਟੂਡੈਂਟਸ ਕਰਨਗੇ ਟੀਚਰ ਕਵੈਸਚਨ ਇਅਰ ਹੋਣਾ ਉਹ ਟੀਚਰਸ ਲਈ ਹੋਣਾ ਹੈ ਸਕੂਲ ਕਵੈਸਚਨ ਇਅਰ ਜੋ ਸਕੂਲ ਦੇ ਪ੍ਰਿੰਸੀਪਲਸ ਕਰਨਗੇ ਇਹ ਜ਼ਰੂਰੀ ਨਹੀਂ ਇਹ ਸਾਰੇ ਹੀ ਸਕੂਲਸ ਸਾਰੇ ਹੀ ਸਟੂਡੈਂਟਸ ਲਈ ਹੈ ਇਹ ਰੈਂਡਮ ਸਕੂਲਸ ਰੈਂਡਮ ਸਟੂਡੈਂਟਸ ਐਂਡ ਰੈਂਡਮ ਕਲਾਸ ਦੇ ਵਿੱਚੋਂ ਲਿਆ ਜਾਊਗਾ ਜੇ ਸੈਕਸ਼ਨ ਸਪੋਜ਼ ਕਰੋ 1 2 3 ਸੈਕਸ਼ਨਸ ਹੈ ਤਾਂ ਜ਼ਰੂਰੀ ਨਹੀਂ ਉਹ ਤਿੰਨੋਂ ਸੈਕਸ਼ਨਸ ਦਾ ਹੀ ਹੋਊਗਾ ਤੋਂਾਂ ਚੋਂ 2 ਦੋ ਸੈਕਸ਼ਨਸ ਦੇ ਵਿੱਚੋਂ ਸਟੂਡੈਂਟਸ ਸਾਰੇ ਸਟੂਡੈਂਟਸ ਦਾ ਨਹੀਂ ਹੋਊਗਾ ਉਹ ਵੀ ਰੈਂਡਮ ਸਟੂਡੈਂਟਸ ਚੂਜ਼ ਕੀਤੇ ਜਾਣਗੇ ਹੁਣ ਮੈਂ ਤੁਹਾਨੂੰ ਕੁਐਸਚਨ ਜੋ ਸਟੂਡੈਂਟ ਕੁਐਸਚਨਅਰ ਹੈ ਉਹਦਾ ਪੈਟਰਨ ਦੱਸੂਗੀ 8th ਕਲਾਸ ਲਈ 4 ਸੈੱਟ ਹੋਣਗੇ 4 ਸੈੱਟਸ ਦੇ ਵਿੱਚ ਸਬਜੈਕਟਸ ਕਿਹੜੇ-ਕਿਹੜੇ ਹੋਣਗੇ ਮੈਥ ਲੈਂਗੁਏਜ ਐਸ ਪਰ ਦਾ ਮੀਡੀਅਮ ਆਫ ਇਨਸਟ੍ਰਕਸ਼ਨ ਜੋ ਮੀਡੀਅਮ ਹੈ ਸਟੂਡੈਂਟਸ ਦਾ ਉਹੀ ਉਹਦੇ ਅਕੋਰਡਿੰਗ ਹੀ ਹੁੰਦਾ ਹੈ ਲੈਂਗੁਏਜ ਚੂਸ ਹੋਣੀ ਹੈ ਹਿੰਦੀ ਪੰਜਾਬੀ ਇੰਗਲਿਸ਼ ਕੁਝ ਵੀ ਹੋ ਸਕਦਾ ਹੈ ਨੈਕਸਟ ਸੋਸ਼ਲ ਸਾਇੰਸ ਸਾਇੰਸ ਐਂਡ ਇੰਗਲਿਸ਼ ਫਾਈਵ ਸਬਜੈਕਟਸ ਆ ਦੇਓ ਸੈਟਸ ਕਿਵੇਂ ਹੋਣਗੇ ਐਨੀ 2 ਅਮੰਗ ðiਸ ਸਬਜੈਕਟਸ ਸੈਟ 1 ਦੇ ਵਿੱਚ ਜਿਵੇਂ ਲੈਂਗੁਏਜ A ਐਂਡ ਮੈਥਸ ਸੈਟ 2 ਦੇ ਵਿੱਚ ਮੈਥਸ ਐਂਡ ਸੋਸ਼ਲ ਸਾਇੰਸ ਸੈਟ 3 ਸਾਇੰਸ ਐਂਡ ਲੈਂਗੁਏਜ ਸੈਟ 4 ਸੋਸ਼ਲ ਸਾਇੰਸ ਐਂਡ ਸਾਇੰਸ ਥੀਸ ਕੁਡ ਬੀ ਦਾ ਸੈਟਸ ਕੋਈ ਵੀ ਦੋ ਸਬਜੈਕਟਸ ਦਾ ਇੱਕ ਪੇਪਰ ਸੈਟ ਬਣੂਗਾ ਇਹਦੇ ਚ ਅੱਗੇ ਕੁਐਸਚਨਸ ਦੇ ਪੈਟਰਨ ਕੀ ਹੈ ਸੈਟ 1 ਸਪੋਜ਼ ਕਰਦੇ ਆਪਾਂ ਜੋ ਸੈਟ 1 ਹੈ ਉਹਦੇ ਚ ਕੁਐਸਚਨਸ ਹੋਣਗੇ 60 ਕੁਐਸਚਨਸ ਟੋਟਲ ਕੁਐਸਚਨ 60 ਹੈ ਔਰ ਇਚ ਲੈਂਗੁਏਜ ਏ ਤੇ ਮੈਥਸ ਏ ਦਾ ਸਪੋਜ਼ ਕਰ ਰਹੇ ਹਾਂ ਉਹ ਸੈੱਟ ਆ ਰਿਹਾ ਹੈ ਤਾਂ ਉਹਦੇ ਜੋ ਕੁਸ਼ਚਨ ਹੋਣਗੇ ਲੈਂਗੁਏਜ ਏ ਸਬਜੈਕਟ ਫਸਟ ਦੇ ਹੋਣਗੇ ਟੋਟਲ 30 ਕੁਸ਼ਚਨਸ ਜੋ 30 ਕੁਸ਼ਚਨਸ ਹਨ ਉਹ ਦੋ ਪਾਰਟਸ ਵਿੱਚ ਡਿਵਾਈਡ ਕੀਤਾ ਹੋਇਆ ਹੈ 24 6 ਜੋ 24 ਕੁਸ਼ਚਨਸ ਹੈ ਉਹ ਨਿਊ ਹੋਣਗੇ ਬਿਲਕੁਲ ਨਵੇਂ ਹੋਣਗੇ ਉਹਨਾਂ ਚੋਂ ਜਿਹੜੇ 6 ਕੁਸ਼ਚਨਸ ਆ ਉਹ ਐਂਕਰ ਕੁਸ਼ਚਨਸ ਹੋਣਗੇ ਐਂਕਰ ਕੁਸ਼ਚਨਸ ਕੀ ਹੈ ਜੋ 2017 ਦੇ ਪੇਪਰ ਚ ਆਏ ਸੀ ਪੁਰਾਣੇ ਕੁਸ਼ਚਨਸ ਨੂੰ ਲਿਆ ਜਾਊਗਾ ਸਿਮਿਲਰਲੀ ਸਬਜੈਕਟ ਜਿਹੜਾ ਸੈਕੰਡ ਸਬਜੈਕਟ ਹੈ ਜਿਵੇਂ ਇੱਥੇ ਮੈਥਸ ਲਿਆ ਹੈ ਐਂ 30 ਕੁਐਸਚਨਸ ਮੈਥਸ ਦੇ ਹੋਣਗੇ 24 plus 6 24 plus 6 ਦੇ ਵਿੱਚੋਂ 24 ਜਿਹੜੇ ਹੋਣਗੇ ਉਹ ਨਿਊ ਕੁਐਸਚਨਸ ਹੋਣਗੇ 6 ਆ ਉਹ ਐਂਕਰ ਕੁਐਸਚਨਸ ਹੋਣਗੇ ਤਾਂ ਟੋਟਲ ਕੁਐਸਚਨਸ 60 ਹੈ ਸਿਮਿਲਰਲੀ ਸੈਟ 2 ਐਂਡ 3 ਐਂਡ 4 ਦੇ ਵਿੱਚ ਹੋਊਗਾ हूँ डिस्कस करा टेंथ क्लास टेंथ क्लास दे भी, सेम पैटर्न है सबजैक्ट्स ये हो लैंगुएज लैंगुएज सॉरी लैंगुएज मैथ्स सोशल साइंस, साइंस, इंग्लिश फाइव सबजैक्ट्स है फाइव सबजैक्ट्स के फाइव सैट्स हो गए ਹਰ ਇੱਕ ਸੈੱਟ ਦੇ ਵਿੱਚ ਦੋ ਸਬਜੈਕਟ ਹੋਣਗੇ ਜਿਵੇਂ ਸੈੱਟ 1 ਦੇ ਵਿੱਚ ਕੋਈ ਵੀ ਲੈਂਗੁਏਜ ਜੋ ਆਪਣੀ ਤੁਹਾਡੀ ਹੈ ਮਦਰ ਲੈਂਗੁਏਜ ਇਨ ਮੀਡੀਅਮ ਆਫ ਇੰਸਟਰਕਸ਼ਨ ਦੇ ਮੈਥਸ ਸੈਕੰਡ ਸਾਈਡ ਦੇ ਵਿੱਚ ਮੈਥਸ ਐਂਡ ਸੋਸ਼ਲ ਸਾਇੰਸ ਥਰਡ ਸੈੱਟ ਸਾਇੰਸ ਐਂਡ ਲੈਂਗੁਏਜ ਸੈੱਟ 4 ਸੋਸ਼ਲ ਸਾਇੰਸ ਐਂਡ ਇੰਗਲਿਸ਼ 5th ਸੈੱਟ ਇੰਗਲਿਸ਼ ਐਂਡ ਸਾਇੰਸ ਹੁਣ ਆਪਾਂ ਇਹਨਾਂ ਦੇ ਕੁਐਸਚਨਸ ਡਿਸਕਸ ਕਰਾਂਗੇ ਜੋ ਕੁਐਸ਼ਨਸ ਐ ਆਪਾਂ ਸੈੱਟ 1 ਦੀ ਗੱਲ ਕਰਦੇ ਆ ਇੱਥੇ ਦੋ ਸਬਜੈਕਟ ਲੈ ਰਹੇ ਆ ਆਪਾਂ ਲੈਂਗੁਏਜ ਐਂਡ ਮੈਥਸ ਇਨ ਵਿੱਚ ਜੋ ਲੈਂਗੁਏਜ ਦੇ ਕੁਐਸ਼ਨ ਐ 28 7 ਦੀ ਫਾਰਮ ਚੋਂਗੇ ਟੋਟਲ ਕੁਐਸ਼ਨ 35 ਐ 28 ਐ ਜੋ ਨਿਊ ਕੁਐਸ਼ਨਸ ਐ 7 ਕੁਐਸ਼ਨਸ ਐ ਉਹ ਐਂਕਰ ਕੁਐਸ਼ਨਸ ਐ ਐਂਕਰ ਕੁਐਸ਼ਨਸ ਜੋ 2017 ਦੇ ਪੇਪਰ ਚ ਆਏ ਐ ਉਹਦੇ ਨਾਲ ਦੇ ਸਿਮਿਲਰ ਕੁਐਸ਼ਨਸ ਹੋਣਗੇ ਜਾਂ ਸੇਮ ਹੋਣਗੇ ਸਿਮਿਲਰਲੀ ਜੋ ਸਬਜੈਕਟ 2 ਹੈ ਉਹਦੇ ਚ ਵੀ 28 7 ਇਹ ਜੋ ਸੈਕਿੰਡ ਸਬਜੈਕਟ ਮੈਥਸ ਹੈ ਦਾ 28 7 28 ਨਿਊ ਕੁਐਸ਼ਨ 7 ਐਂਕਰ ਕੁਐਸ਼ਨਸ ਟੋਟਲ ਕੁਐਸ਼ਨਸ ਹੈ 70 ਇਹਦੇ ਚ ਨੈਗੇਟਿਵ ਮਾਰਕਿੰਗ ਕੋਈ ਨਹੀਂ ਹੋਣੀ ਤਾਂ ਸਾਰੇ ਕੁਐਸ਼ਨਸ ਅਟੈਂਪਟ ਕਰਨ ਦੀ ਕੋਸ਼ਿਸ਼ ਜ਼ਰੂਰ ਕਰਨੀ ਹੈ ਕੀ ਸਿਲੇਬਸ ਕੀ ਹੋਊਗਾ ਸਿਲੇਬਸ ਜੋ ਤੁਹਾਡਾ ਕਰੰਟ ਬੁੱਕਸ ਦੇ ਵਿੱਚ ਹੈ ਉਹੀ ਹੈ ਕੋਈ ਐਕਸਟਰਾ ਮਟੀਰੀਅਲ ਪੜਨ ਦੀ ਜ਼ਰੂਰਤ ਨਹੀਂ ਹੈ। ਦ ਮੇਨ ਥਿੰਗ ਇਜ਼ ਟੂ ਫੋਕਸ ਔਨ ਯਰ ਸਿਲੇਬਸ ਐਂਡ ਨਾਟ ਟੂ ਲੀਵ ਐਨੀ ਕੁਐਸ਼ਨ। ਇਹ ਹੈ ਲਾਸਟ ইয়ার ਦਾ 2017 ਦਾ 8th ਕਲਾਸ ਦਾ ਪੇਪਰ ਕਿਉਂਕਿ ਪੰਜਾਬੀ మీడియం ਚ ਹੈ ਇਸ ਵਿੱਚ ਮੈਂ ਤੁਹਾਨੂੰ ਜਰਨਲ ਜੀ ਇਨਸਟਰਕਸ਼ਨਸ ਬਾਰੇ ਦੱਸ ਦਿੰਨੀ ਹੈ। ਜੋ ਸਟੂਡੈਂਟਸ ਦੀਆਂ ਇਨਸਟਰਕਸ਼ਨਸ ਹੋਣੀਆਂ ਆ ਉਹਨਾਂ ਦੇ ਵਿੱਚ ਕੀ ਹੋਊਗਾ ਸਭ ਤੋਂ ਪਹਿਲਾਂ ਸਟੂਡੈਂਟ ਨੇ ਆਪਣਾ ਲਿੰਗ ਸੈਕਸ ਦਾ ਸਣਾ ਹੋਗਾ ਲड़का ਔਰ ਲੜਕੀ ਜੇ ਲड़का ਹੈ ਤਾਂ 1 ਲੜਕੀ ਹੈ ਤਾਂ 2 ਇਹ ਇਨਸਟਰਕਸ਼ਨਸ ਦੇ ਅਕੋਰਡਿੰਗ ਤੁਸੀਂ ਫਿਲ ਕਰ ਦੇਣਾ ਉਸ ਤੋਂ ਬਾਅਦ ਆ ਸਮਾਜਿਕ ਵਰਗ ਸਮਾਜਿਕ ਵਰਗ ਦੇ ਵਿੱਚ ਤੁਸੀਂ ਅਨੁਸੂਚਿਤ ਜਾਤੀ ਨਾਲ ਸੰਬੰਧ ਰੱਖਦੇ ਹੋ ਅਨੁਸੂਚਿਤ ਜਨਜਾਤੀ ਨਾਲ ਹੋਰ ਪਛੜਿਆ ਵਰਗ ਜਾਂ ਜਨਰਲ ਇਹਨਾਂ ਦੇ ਵਿੱਚੋਂ ਤੁਸੀਂ ਆਪਣੀ ਕੈਟਾਗਰੀ ਦੇਖ ਕੇ ਨੰਬਰ 1 2 3 ਔਰ 4 ਚੂਜ਼ ਕਰ ਲੈਣਾ ਇਸ ਤੋਂ ਇਲਾਵਾ ਹੈ ਵਿਸ਼ੇਸ਼ ਲੋੜਾਂ ਵਾਲੇ ਬੱਚੇ ਵਿਸ਼ੇਸ਼ ਲੋੜਾਂ ਵਾਲੇ ਹੁੰਦੇ ਆ ਜਿਨ੍ਹਾਂ ਨੂੰ ਕੋਈ ਹੈਂਡੀਕੈਪ ਵਗੈਰਾ ਹੁੰਦੇ ਆ ਉਹਨਾਂ ਚ ਹਾਂ ਜਾਂ ਨਾ ਲਿਖਣਾ ਹੈ ਤੁਸੀਂ ਹਾਂ ਲਈ ਇੱਕ ਨਹੀਂ ਲਈ ਦੋ ਇਸੇ ਤਰ੍ਹਾਂ ਵਿਦਿਆਰਥੀ ਆਪਣਾ ਨਾਮ ਸਕੂਲ ਜ਼ਿਲ੍ਹੇ ਤੇ ਰਾਜ ਦਾ ਨਾਮ ਲਿਖਣਗੇ ਕੁਐਸਚਨਸ ਨੰਬਰ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਦਿੱਤੇ ਨੈਗੇਟਿਵ ਮਾਰਕਿੰਗ ਨਹੀਂ ਹੋਊਗੀ 8 ਤੇ 10th ਲਈ 120 ਮਾਰਕਸ ਦਾ ਸਟੱਡੀ 120 ਮਿੰਟਸ ਦਾ ਪੇਪਰ ਹੈ OMR ਸ਼ੀਟ ਹੋਊਗੀ OMR ਲਈ ਤੁਸੀਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇਖ ਸਕਦੇ ਹੋ ਵੀ ਬੱਬਲਸ ਫਿਲ ਕਿਵੇਂ ਕਰਨੇ ਆ ਬੱਬਲਸ ਨੂੰ ਕਿਵੇਂ ਫਿਲ ਕਰਨਾ ਹੁੰਦਾ ਹੈ ਕੰਪਲੀਟਲੀ ਬੱਬਲ ਨੂੰ ਫਿਲ ਕਰਨਾ ਹੈ ਕੋਈ ਕਰਾਸ ਜਾਂ ਟਿਕ ਨਹੀਂ ਲਗਾਉਣਾ ਜਿਵੇਂ ਇੱਥੇ ਕਰਾਸ ਜਾਂ ਟਿਕ ਲੱਗਿਆ ਹੋਇਆ ਹੈ ਦੇਖੋ ਇੱਥੇ ਇਹ ਰੋਂਗ ਮੈਥਡ ਹੈ ਕੰਪਲੀਟਲੀ ਫਿਲ ਕਰਨਾ ਹੈ ਬੱਬਲ ਨੂੰ ਤੇ ਰਫ ਵਰਕ ਲਈ ਤੁਹਾਨੂੰ ਉਹਦੇ ਵਿੱਚ ਹੀ ਜਿਹੜੀ ਕੁਐਸਚਨ ਨਾ ਹੋਊਗੀ ਉਹਦੇ ਵਿੱਚ ਹੀ ਜਗਰ ਇਤਨੀ ਜੋਗੀ ਕਿਸੇ ਪੇਪਰ ਤੇ ਨਹੀਂ ਕਰਨਾ ਤੁਸੀਂ ਕੁਐਸ਼ਨ ਸਾਰੇ ਅਟੈਂਪਟ ਕਰਨੇ ਆ ਕੋਈ ਵੀ ਨੈਗੇਟਿਵ ਮਾਰਕਿੰਗ ਨਹੀਂ ਹੈ ਹੁਣ ਮੈਂ ਤੁਹਾਨੂੰ ਸਾਰਾ ਪੇਪਰ ਦਿਖਾ ਰਹੀ ਹਾਂ ਇਹਨੂੰ ਪ੍ਰੈਕਟਿਸ ਜਰੂਰ ਕਰਿਓ S227 ਕੁਐਸ਼ਨ ਤੁਹਾਡੇ ਆਨੇ ਆ ਇਸ ਪੇਪਰ ਤੋਂ ਬਾਅਦ ਮੈਂ ਤੁਹਾਨੂੰ ਟੀਚਰ ਕੁਐਸਚਨ ਈਅਰ ਤੇ ਸਕੂਲ ਕੁਐਸਚਨ ਈਅਰ ਵੀ ਦਿਖਾਉਂਗੀ ਤੇ NAS ਦਾ 8 ਤੇ 10 ਦਾ 2017 ਦਾ ਪੇਪਰ ਜੋ ਇੰਗਲਿਸ਼ ਮੀਡੀਅਮ ਚ ਹੈ ਉਹ ਵੀ ਡਿਸਪਲੇ ਕਰੂੰਗੀ ਤਾਂ ਇਸ ਨੂੰ ਸਾਰਿਆਂ ਨੂੰ ਕੁਐਸਚਨਸ ਨੂੰ ਸੋਲ ਜ਼ਰੂਰ ਕਰ ਲੈਣਾ ਹੈ ਪ੍ਰੈਕਟਿਸ ਕਰ ਲੈਣੀ ਹੈ मैं थोड़ा फास्ट स्क्रॉल कर रही हूँ तुम्हें तो स्लो अपना वीडियो पॉज़ करके अपने क्वेश्चन सॉल्व कर लियो मैं नैक्सट क्वेश्चन ईयर थानू शो करने हैं इसलिए मैं थोड़ा फास्ट कर रही है ये टेंथ का स्टूडेंट क्वेश्चन ईयर है सैंपल पेपर है इंग्लिश मीडियम च है ये हैगा स्कूल क्वेश्चन एयर मीन स्कूल दे अथॉरिटीज़ ने सॉल्व करना है जी डाइस वगैरह कोड की जरूरत होगी ये ये सारे टीचर्स अपने आप कर सकते हैं प्रिंसिपल्स कर सकते हैं ये है टीचर क्वेश्चन एयर टीचर क्वेश्चन एयर नेम टीचर्स नेम यू डाइस को, स्कूल कोड टीचर कोड ਸੈਂਪਲ ਕਲਾਸ ਜਿਹੜੀ ਕਲਾਸ ਦਾ ਪੇਪਰ ਹੋ ਰਿਹਾ ਹੈ ਸੈਂਪਲ ਸੈਕਸ਼ਨ ਇਹ ਸਾਰੇ ਫਿਲ ਕਰਨੇ ਹੋਣਗੇ نیچے ਹੈ ਰਿਸਪਾਂਸਸ ਉਹਨਾਂ ਨੂੰ ਫਿਲ ਕਰਨਾ ਹੈ نیچے ਹੈ ਲਾਸਟ ਤੇ ਹੈ ਟੀਚਰਸ ਸਾਈਨ ਇਸ ਤੋਂ ਬਾਅਦ ਤੁਹਾਨੂੰ ਮੈਂ ਪੀਪਲ ਕੁਐਸਚਨਅਰ ਸ਼ੋ ਕਰ ਰਹੀ ਹਾਂ ਜੋ ਪੀਪਲ ਕੁਐਸਚਨਅਰ ਹੈ ਸਟੂਡੈਂਟਸ ਲਈ ਹੈ ਇਹਨਾਂ ਨੇ ਆਪਣਾ ਜਰਨਲ ਜੋ ਹੈਗੀ ਹੈ ਕੁਐਸਚਨਅਰ ਪਰ ਹੈ ਦੱਸ ਨੇ ਲਾਈਕ ਯੋਰ ਏਜ ਏਜ ਬਾਰੇ ਦੱਸ ਨੇ ਆਪਣਾ ਜੈਂਡਰ ਕਿਹੜੀ ਜਗ੍ਹਾ ਤੇ ਰਹਿੰਦੇ ਐ ਕਿਹੜਾ ਸੋਸ਼ਲ ਗਰੁੱਪ ਐ ਜੋ ਮੈਂ ਤੁਹਾਨੂੰ ਪਹਿਲਾਂ ਪੰਜਾਬੀ ਮੀਡੀਅਮ ਵਾਲੀ ਵੀਡੀਓ ਦੇ ਵਿੱਚ ਦੱਸਿਆ ਸੀ ਪੰਜਾਬੀ ਮੀਡੀਅਮ ਵਾਲਾ ਜੋ ਕੁਐਸਚਨ ਪੇਪਰ ਸੀ ਉਹਦੇ ਵਿੱਚ ਐ ਉਸ ਤੋਂ ਬਾਅਦ ਤੁਹਾਡੇ ਅੱਗੇ ਦੇ ਕੁਐਸਚਨਸ ਐ ਤੁਸੀਂ ਰੀਡ ਕਰ ਲਿਓ ਤੇ ਅਕੋਰਡਿੰਗਲੀ ਆਪਣੀ ਜਨਰਲ ਇੰਟਰੋਡਕਸ਼ਨ ਦੇਣੀ ਐ ਤੁਸੀਂ ਜਨਰਲ ਪਾਰਟਿਕੂਲਰਸ ਫਿਲ ਕਰਨੇ ਐ ਲਾਈਕ highest qualification qualification of your father ਤੁਹਾਡੀ ਫਾਦਰ ਦੀ ਕਿੰਨੀ ਕੁਆਲਿਫਿਕੇਸ਼ਨ ਹੈ ਤੁਹਾਡੇ ਮਦਰ ਦੀ ਕਿੰਨੀ ਕੁਆਲਿਫਿਕੇਸ਼ਨ ਹੈ ਤੁਹਾਡੇ ਫਾਦਰ ਦਾ ਓਕੂਪੇਸ਼ਨ ਕੀ ਹੈ ਕੰਮ ਕੀ ਕਰਦੇ ਹੈ ਮੰਮਾ ਕੀ ਕੰਮ ਕਰਦੇ ਹੈ ਡਿਸੇਬਿਲਟੀ ਤੁਹਾਨੂੰ ਕੋਈ ਹੈ ਜਾਂ ਨਹੀਂ ਹੈ ਕੋਈ ਗ੍ਰੇਡ ਕੋਈ ਕਲਾਸ ਤੁਸੀਂ ਰਿਪੀਟ ਕੀਤੀ ਹੈ ਜਾਂ ਨਹੀਂ ਕੀਤੀ ਕਿਹੜੀ ਲੈਂਗੁਏਜ ਤੁਸੀਂ ਬੋਲਦੇ ਹੋ 12th ਕੁਐਸਚਨ ਹੈ ਕਿੰਨਾ ਤੁਸੀਂ ਪੜਨਾ ਚਾਹੁੰਦੇ ਹੋ 13th ਹੈ ਰੋਡੇ ਕਰ ਕਿਹੜੀ ਫੈਸਿਲਿਟੀ ਹੈ ਮੈਗਜ਼ੀਨ ਨਿਊਜ਼ਪੇਪਰ ਰੇਡੀਓ ਟੈਲੀਵਿਜ਼ਨ ਲਾਈਕ ਨਾ ਚੋ ਨੈਕਸਟ 14 ਤੁਹਾਡਾ ਸਕੂਲ ਘਰ ਤੋਂ ਕਿੰਨੀ ਦੂਰ ਹੈ 15 ਕੁਐਸਚਨ ਹੈ ਤੁਹਾਡੇ ਸਕੂਲ ਦੇ ਵਿੱਚ ਲਾਇਬ੍ਰੇਰੀ ਹੈ ਜਾਂ ਨਹੀਂ ਹੈ ਬੁక్స్ ਲਾਇਬ੍ਰੇਰੀਜ਼ ਮਿਲਦੀਆਂ ਆ ਜਾਂ ਨਹੀਂ ਮਿਲਦੀਆਂ ਤੁਹਾਨੂੰ ਸਾਇੰਸ ਲੈਬਾਰਟਰੀ ਹੈ ਜਾਂ ਨਹੀਂ ਹੈ ਪ੍ਰੈਕਟੀਕਲ ਕਰਨ ਦਾ ਤੁਹਾਨੂੰ ਮੌਕਾ ਮਿਲਦਾ ਹੈ ਜਾਂ ਨਹੀਂ ਮਿਲਦਾ ਇਸ ਤਰ੍ਹਾਂ ਦੇ ਜਨਰਲ ਕੁਐਸਚਨਸ ਹੋਣਗੇ ਸਾਰੇ ਤੁਸੀਂ ਰੀਡ ਕਰ ਲਿਓ ਤੇ ਪ੍ਰੈਕਟਿਸ ਕਰ ਲਿਓ ਥੈਂਕ ਯੂ ਫॉर ਵਾਚਿੰਗ ਦਾ ਵੀਡੀਓ ਐਂਡ ਗੁੱਡ ਲੱਕ ਫॉर ਯਰ ਨੈਸਟ ਟੈਸਟ